ਨਜਾਇਜ਼ ਤੌਰ ਦੇ ਉੱਤੇ ਚੱਲ ਰਹੀ ਪਟਾਕਾ ਫੈਕਟਰੀ ਦੇ ਵਿੱਚ ਜ਼ਬਰਦਸਤ ਬਲਾਸਟ ਹੋਇਆ ਜਿਸ ਦੇ ਕਾਰਨ 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਨਜਾਇਜ਼ ਤੌਰ ਦੇ ਉੱਤੇ ਇਹ ਇੱਕ ਪਟਾਕਾ ਫੈਕਟਰੀ ਚਲਾਈ ਜਾ ਰਹੀ ਸੀ ਤੇ ਹੁਣ ਉਸ ਦੀ ਜੋ ਪੋਟਾਸ਼ ਹੁੰਦੀ ਹੈ ਪਟਾਕਿਆਂ ਦੀ ਉਸ ਦੇ ਵਿੱਚ ਅਚਾਨਕ ਅੱਗ ਲੱਗਦੀ ਹੈ ਤੇ ਅੱਗ ਲੱਗਣ ਦੇ ਕਾਰਨ ਜ਼ਬਰਦਸਤ ਬਲਾਸਟ ਹੁੰਦਾ ਹੈ ਜਿਸ ਦੇ ਕਾਰਨ 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਉੱਥੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲੇ ਤੱਕ ਬਿਲਕੁਲ ਵੀ ਪਤਾ ਹੀ ਨਹੀਂ ਸੀ ਕਿ ਨਾਲ ਦੇ ਘਰ ਦੇ ਵਿੱਚ ਇਹ ਨਜਾਇਜ਼ ਤੌਰ ਦੇ ਉੱਤੇ ਪਟਾਕੇ ਬਣਾਏ ਜਾ ਰਹੇ ਨੇ। ਹੁਣ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਪਟਾਕੇ ਬਣਾਏ ਜਾ ਰਹੇ ਸੀ ਤੇ ਜਦੋਂ ਪਟਾਕੇ ਬਣਾ ਰਹੇ ਸੀ ਤਾਂ ਅਚਾਨਕ ਹੀ ਪੋਟਾਸ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਕਾਰਨ ਜ਼ਬਰਦਸਤ ਬਲਾਸਟ ਹੁੰਦਾ ਹੈ ਜਿਸ ਦੇ ਵਿੱਚ ਇੱਕ ਔਰਤ ਸਮੇਤ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਇਹਨਾਂ ਨੇ ਪਹਿਲਾਂ ਰਹਿਣ ਦੇ ਲਈ ਇਹ ਘਰ ਜੋ ਹੈ ਉਹ ਕਿਰਾਏ ਦੇ ਉੱਤੇ ਲਿਆ ਸੀ ਤੇ ਫਿਰ ਅਚਾਨਕ ਹੀ ਉਸ ਦੇ ਵਿੱਚ ਕੰਧ ਕਰਵਾਉਣ ਤੋਂ ਬਾਅਦ ਇਹ ਪਟਾਕੇ ਬਣਾਉਣ ਲੱਗੇ ਤੇ 1 ਮਹੀਨੇ ਤੋਂ ਕਰੀਬ ਇਹ ਨਜਾਇਜ਼ ਤੌਰ ਦੇ ਉੱਤੇ ਧੜੱਲੇ ਦੇ ਨਾਲ ਪਟਾਕੇ ਬਣਾਏ ਜਾ ਰਹੇ ਸੀ। ਪਰ ਬੀਤੇ ਸ਼ਾਮ ਨੂੰ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਹੀ ਪੋਟਾਸ਼ ਦੇ ਵਿੱਚ ਜਦੋਂ ਅੱਗ ਲੱਗਦੀ ਹੈ ਤਾਂ ਉਸ ਤੋਂ ਬਾਅਦ ਜ਼ਬਰਦਸਤ ਬਲਾਸਟ ਹੁੰਦਾ ਹੈ। ਬਲਾਸਟ ਇੰਨਾ ਖਤਰਨਾਕ ਹੁੰਦਾ ਹੈ ਕਿ ਜੋ ਉੱਪਰ ਦੀ ਛੱਤ ਹੁੰਦੀ ਹੈ ਉਹ ਵੀ ਉੱਡ ਜਾਂਦੀ ਹੈ, ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸਹਿਮ ਦਾ ਮਾਹੌਲ ਹੋ ਜਾਂਦਾ ਹੈ। ਜਦੋਂ ਲੋਕ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਉਸ ਸਮੇਂ ਸਾਰਾ ਹੀ ਪਰਦਾ ਫਾਸ਼ ਹੋ ਜਾਂਦਾ ਹੈ ਤੇ ਉਹ ਅੰਦਰ ਦੇ ਹਾਲਾਤ ਦੇਖੇ ਜਾਂਦੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਨਜਾਇਜ਼ ਤੌਰ ਦੇ ਉੱਤੇ ਬਣਾਏ ਹੋਏ ਪਟਾਕੇ ਪਏ ਹੁੰਦੇ ਨੇ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਹੈ। ਫਿਲਹਾਲ ਹੁਣ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਕੋਈ ਵੀ ਇਸ ਦੇ ਵਿੱਚ ਦੋਸ਼ੀ ਹੋਵੇਗਾ ਉਸਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਇਹ ਇੱਥੇ ਨੰਗਲ ਗੁਰੂ ਤੋਂ ਕੁਲਦੀਪ ਕੌਰ ਆ, ਵਾਈਫ ਆਫ ਅਮਰਜੀਤ ਸਿੰਘ। ਅਮਰਜੀਤ ਸਿੰਘ ਦੀ ਡੈਥ ਹੋ ਗਈ ਆ ਅਤੇ ਇਹ ਇਕੱਲੀ ਰਹਿੰਦੀ ਸੀ। ਜ਼ਿਆਦਾ ਜੋ ਗੁਆਂਢ 'ਚੋਂ ਪਤਾ ਲੱਗਿਆ ਵੀ ਆਪਣੇ ਦੇਵੀਦਾਸ ਇਹਦੇ ਪੇਕੇ ਆ ਤਾਂ ਉੱਥੇ ਹੀ ਰਹਿੰਦੇ, ਇਹਦੇ ਬੱਚੇ ਵੀ ਉੱਥੇ ਹੀ ਰਹਿੰਦੇ ਸੀ। ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੇ ਆ ਜਿਹੜੇ ਬੰਦੇ ਇੰਜਰਡ ਹੋਏ ਆ ਇਹਨਾਂ ਨੂੰ ਕਿਰਾਏ 'ਤੇ ਮਕਾਨ ਦਿੱਤਾ ਸੀ ਅਤੇ ਜੋ ਇਹਨਾਂ ਦੇ ਇਹ ਜਠਾਣੀ ਆ ਉਹਦੇ ਕਹਿਣ ਤੋਂ ਵੀ ਇਹਨਾਂ ਦੇ ਨਾਲ ਘੱਟ ਸੀ। ਇਹਨਾਂ ਨੇ ਕੰਧ ਕੀਤੀ ਆ, ਸੈਂਟਰ 'ਚ ਉਹਦਾ ਵੱਖਰਾ ਕਰ ਦਿੱਤਾ ਸੀ। ਅਤੇ ਅੱਜ ਪਟਾਕਿਆਂ ਦਾ ਇੱਥੇ ਕੰਮ ਚੱਲ ਰਿਹਾ ਸੀ, ਇਲੀਗਲ ਆ, ਅਤੇ ਉਹਦੇ ਬਾਰੇ ਜੋ ਇਹਨਾਂ ਇਹ ਵੀ ਦੱਸ ਰਹੇ ਵੀ ਸਾਨੂੰ ਵੀ ਇਸ ਬਾਰੇ ਕੋਈ ਨਹੀਂ ਸੀ ਪਤਾ। ਪਿੰਡ ਦੇ ਆ ਮੈਂਬਰ ਸਾਹਿਬ ਆ, ਸਾਬਕਾ ਸਰਪੰਚ ਆ ਬੀਬੀ, ਇਹਨਾਂ ਦੇ ਕਹਿਣ ਮੁਤਾਬਕ ਵੀ ਕੋਈ ਪਤਾ ਨਹੀਂ ਸੀ ਸਾਨੂੰ ਕਿਸੇ ਨੂੰ ਵੀ। ਇਹ ਬੰਦਿਆਂ ਨੇ ਆਣ ਕੇ ਪਟਾਕੇ ਚਲਾਉਂਦੇ, ਉਹ ਕੋਈ ਉਹਨੂੰ ਪੋਟਾਸ਼ ਨੂੰ ਅੱਗ ਲੱਗ ਗਈ, ਉਹਦੇ ਕਰਕੇ ਫਿਰ ਉਹ ਉੱਪਰ ਪਟਾਕਾ ਆਪਣੇ ਹੋਣ ਦੇ ਨਾਲ ਇਹ ਕੰਧ ਡਿੱਗ ਪਈ ਇਹਨਾਂ ਦੀ, ਉਹਦੇ ਫਿਰ ਥੱਲੇ ਆਣ ਕੇ ਸੱਟਾਂ ਲੱਗੀਆਂ ਇਹਨਾਂ ਦੇ। ਕਿੰਨੇ ਲੋਕ ਇੰਜਰਡ? 7 ਟੋਟਲ ਦੱਸਦੇ ਆ, ਇੱਕ ਲੇਡੀ ਆ, ਇੱਕ ਸੋਨੂ ਸਿੰਘ ਆ ਮੁੰਡਾ ਇਹਨਾਂ ਦੇ ਪਿੰਡ ਦਾ ਹੀ ਸੋਨੂ, ਅਤੇ ਬਾਕੀ 5 ਉਹਨਾਂ ਦੇ ਰਿਸ਼ਤੇਦਾਰ ਆ ਪਿੰਡ ਦੇ। ਲੇਡੀ ਜਿਹੜੀ ਆ ਉਹਦਾ ਨਾਂ ਕੀ ਹੈਗਾ? ਕੁਲਦੀਪ ਕੌਰ। ਕੁਲਦੀਪ ਕੌਰ ਜਿਹੜੀ ਆ ਉਹ ਘਰ ਦੀ ਮਾਲਕ ਹੈਗੀ? ਮਾਲਕ। ਉਹ ਇੱਥੇ ਰਹਿੰਦੇ ਪਏ ਸੀ? ਨਹੀਂ, ਜੋ ਇਹਨਾਂ ਦਾ ਹੁਣ ਗੁਆਂਢ 'ਚ ਦੱਸਣ ਦਾ ਇਹਨਾਂ ਦਾ ਹੈਗਾ ਵੀ ਉਹਦੇ ਹਸਬੈਂਡ ਦੀ ਡੈਥ ਹੋ ਗਈ, ਪਹਿਲਾਂ 12-13 ਸਾਲ ਜੰਡਿਆਲੇ ਰਹੀ ਆ। ਕਿੰਨੇ ਕੁ ਦਿਨ ਸਰ ਕੰਮ ਚੱਲਦੇ ਨੇ? ਇਹ ਮਹੀਨਾ ਕੁ ਹੋਇਆ, 2 ਮਹੀਨੇ ਤੋਂ ਕਿਰਾਏ 'ਤੇ ਲਿਆ ਸੀ ਅਤੇ ਮਹੀਨੇ ਕੁ ਤੋਂ ਕਹਿੰਦੇ ਆ ਵੀ ਇਹ ਕੰਮ ਇਹਨਾਂ ਦਾ ਚੱਲਿਆ ਇੱਥੇ। ਜਿਹੜੇ ਪਿੰਡ ਦੇ ਲੋਕ ਜਿਹੜੇ ਕੰਮ ਕਰਦੇ ਸੀ ਕਿ ਇਹ ਜਿਹੜੀ ਫੈਕਟਰੀ ਲਗਾਈ ਗਈ ਸੀ ਪਿੰਡ ਵਾਲਿਆਂ ਨੇ ਲਗਾਈ ਸੀ ਇਹ ਤਾਂ ਜੇ ਇਨਵੈਸਟੀਗੇਸ਼ਨ ਹੁਣ ਕਰਾਂਗੇ, ਪਤਾ ਕਰਾਂਗੇ, ਬਿਆਨ ਲੈਣੇ ਜਾ ਕੇ, ਉਹਦੇ ਤੋਂ ਗੱਲ ਕਲੀਅਰ ਹੋਊਗੀ। ਅਜੇ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਜਿਹੜਾ ਵਾ ਇੱਕ ਮੁਲਾਜ਼ਮ ਵੀ ਇਨਵੋਲਵ ਹੈਗਾ ਵਾ। ਮੁਲਾਜ਼ਮ ਹੋਊਗਾ ਤਾਂ ਬਿਲਕੁਲ ਉੱਤੇ ਕਾਰਵਾਈ ਕੀਤੀ ਜਾਊਗੀ, ਅਗਰ ਜੇ ਇੱਦਾਂ ਦੀ ਕੋਈ ਗੱਲ ਨੋਟਿਸ 'ਚ ਆਉਂਦੀ ਆ ਤੇ ਬਿਲਕੁਲ ਉਹਦਾ ਹੋਊਗਾ। ਮੁਲਾਜ਼ਮ ਉਹ ਜਿਹੜਾ ਬੰਦਾ ਉਹ ਜੰਡਿਆਲੇ ਦਾ ਦੱਸ ਰਹੇ ਆ ਜਿਹੜੇ ਬੰਦੇ ਨੇ ਗੱਲਬਾਤ ਕਰਾਈ ਆ, ਮੁਲਾਜ਼ਮ ਨਹੀਂ, ਉਹ ਕੋਈ ਜੂਸ ਦੀ ਰੇਹੜੀ ਲਵਾਉਂਦਾ। ਨਹੀਂ, ਦੱਸਿਆ ਜਾ ਰਿਹਾ ਕਿ ਜਿਹੜੇ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਵਾ
ਉਹਦੇ ਵਿੱਚ ਮੁਲਾਜ਼ਮ ਵੀ ਜਿਹੜੇ ਨੇ ਉਹ ਵੀ ਇਨਵੋਲਵ ਹੈਗਾ ਇੱਕ ਲੜਕਾ। ਉਹ ਤਾਂ ਫਿਰ ਹੁਣ ਇਹ ਜਾ ਕੇ ਪਤਾ ਕਰਦੇ ਜਿਹੜੇ ਸੱਤ ਦੇ ਪਿੰਡ ਦੇ ਨੇ। ਮੈਂ ਉਹੀ ਗੱਲ ਕਹਿ ਰਿਹਾ ਵੀ ਜਿਹੜੇ ਸੱਤ ਬੰਦੇ ਇੰਜਰਡ ਹੋਏ ਆ ਇਹ ਦੇਖ ਲੈਂਦੇ ਜਾ ਕੇ ਵੀ ਜੇ ਕੋਈ ਮੁਲਾਜ਼ਮ ਹੋਊਗਾ ਤਾਂ ਉੱਤੇ ਵੀ ਬਣਦੀ ਕਾਰਵਾਈ ਹੋਊਗੀ। ਓਕੇ ਡੈਥ ਕਿਹਦੀ ਹੋਈ ਹੈ? ਨਹੀਂ ਉਹ ਜਿਹੜੇ ਲੇਡੀਜ਼ ਆ ਨਾ ਉਹਦੀ ਕੰਡੀਸ਼ਨ ਖਰਾਬ। ਕੀ ਨਾਮ ਜੀ? ਮੇਰਾ ਨਾਮ ਅਮਰਜੀਤ ਕੌਰ ਜੀ, ਸਾਬਕਾ ਸਰਪੰਚ। ਅਮਰਜੀਤ ਕੌਰ ਜੀ, ਕੀ ਗੱਲ ਹੋਈ ਆ ਜੀ ਪਿੰਡ ਵਿੱਚ ਮੋਬਾਈਲ ਗੱਲ ਜੀ? ਇਹ ਕੋਈ ਪਤਾ ਨਹੀਂ ਹੈਗਾ ਅਤੇ ਜਦੋਂ ਇੱਥੇ ਰੌਲਾ ਪੈਂਦਾ ਸੁਣਿਆ ਵਾ ਅਤੇ ਆਉਂਦੇ ਵੀ ਉੱਥੇ ਅੱਗ ਲੱਗ ਗਈ, ਅੱਗ ਲਈ ਮੈਂ ਬਹੁਤ ਪਿੰਡ 'ਚ ਵੀ ਰੌਲਾ ਪਾਇਆ ਵੀ ਨਿਕਲੋ ਵੇ ਉਹਨਾਂ ਦੇ ਕਾਰਨ ਦੇ ਅੱਗ ਲੱਗ ਗਈ। ਆਪ ਤਾਂ ਸਾਨੂੰ ਤਾਂ ਇਹੋ ਵੀ ਸਿਲੰਡਰ ਫਟ ਗਿਆ, ਵੀ ਸਿਲੰਡਰ ਕਿਤੇ ਫਟ ਗਿਆ ਵਾ ਅਤੇ ਤਾਂ ਅੱਗ ਲੱਗ ਗਈ। ਜਦੋਂ ਮੁੜ ਕੇ ਇੱਥੇ ਆਏ ਹਾਂ ਤਾਂ ਫਿਰ ਇੱਥੇ ਤਾਂ ਵੀ ਉਹ ਪੰਜ ਚਾਰ ਬੰਦੇ ਨਾਲੇ ਬੀਬੀ ਵੀ ਕਰਵਾਈ ਵੀ ਇੱਥੇ ਆਣ ਕੇ ਸਾਨੂੰ ਪਤਾ ਲੱਗਾ ਵੀ ਇੱਥੇ ਪਟਾਕੇ ਬਣਾਉਂਦੇ ਅਤੇ ਤਾਂ ਕਰਕੇ ਸੜ ਗਏ। ਉੱਦਾਂ ਸਾਨੂੰ ਕੋਈ ਪਿੰਡ 'ਚ ਨਹੀਂ ਪਤਾ ਹੈਗਾ ਵੀ ਇਹ ਪਟਾਕੇ 'ਚ ਬਣਾਉਂਦੇ ਆ ਕਿ ਨਹੀਂ ਬਣਾਉਂਦੇ, ਕਿ ਉਹ ਹੀ ਕੋਈ ਇੱਥੇ ਕਿਰਾਏ 'ਤੇ ਵੀ ਰਹਿੰਦਾ ਕਿ ਨਹੀਂ ਰਹਿੰਦਾ। ਜਿਹੜੇ ਇੱਥੇ ਗਵਾਂਢ 'ਚ ਰਹਿੰਦੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇੱਥੇ ਪਟਾਕੇ ਬਣਦੇ ਆ? ਉਹਨਾਂ ਨੇ ਕਦੀ ਸ਼ਿਕਾਇਤ ਕੀਤੀ ਹੋਵੇ ਪਿੰਡ ਦੇ ਵਿੱਚ ਜਾਂ ਪੁਲਿਸ ਨੂੰ ਸ਼ਿਕਾਇਤ ਕੀਤੀ? ਨਹੀਂ ਜੀ, ਉਹਨਾਂ ਉਹਦਾ ਮੁੰਡਾ ਬਾਹਰ ਰਹਿੰਦਾ ਸੀ, ਬਜ਼ੁਰਗ ਜਿਹੜਾ ਉਹ ਵਿਚਾਰੇ ਦਾ ਦਿਲ ਹਿੱਲਿਆ ਸੀ, ਬੀਬੀ ਦੇ ਘਰ ਵਾਲਾ ਜਿਹੜਾ ਉਹ ਗੁਜ਼ਰਿਆ ਸੀ। ਅਤੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵੀ ਬੀਬੀਆਂ ਘੱਟ ਵਾਧੀ ਸਹੁਰਿਆਂ ਜੇਠਾਣੀਆਂ ਜੇਠਾਂ ਦੀਆਂ ਮੰਨਦੀਆਂ, ਜਦੋਂ ਆਪਣੇ ਵੱਖੋ 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 ਇਹਨਾਂ ਨੂੰ ਵਾਹਵਾ ਚਿਰ ਹੋ ਗਿਆ ਵੱਖੋ ਵੱਖਰੇ ਹੋਇਆਂ ਨੂੰ। ਇਹ ਰਹਿੰਦੀ ਸ਼ਹਿਰ ਹੀ ਰਹਿੰਦੀ ਹੁੰਦੀ ਸੀ, ਔਰਲੇ ਬੰਨੇ ਮੁਹੱਲੇ 'ਚ ਸ਼ਹਿਰ ਰਹਿੰਦੀ ਅਤੇ ਬਾਬਾ 6-7 ਸਾਲ ਸ਼ਹਿਰ ਰਹਿੰਦੇ। ਅਤੇ ਜਦੋਂ ਇਹਦਾ ਘਰ ਵਾਲਾ ਅਮਰਜੀਤ ਮਰ ਗਿਆ ਕੁਲਦੀਪ ਦਾ, ਉਦੋਂ ਇੱਥੇ ਮਰੇ ਨੂੰ ਇੱਥੇ ਲੈ ਕੇ ਆਏ ਦਾ ਸੰਸਕਾਰ ਕੀਤਾ, ਉਦੋਂ ਬਾਅਦ ਆਹੀ ਭੋਗ ਭਾਗ 'ਚ ਆਏ, ਮੁੜ ਕੇ ਬਾਅਦ 'ਚ ਨਹੀਂ ਆਏ। ਨਾ ਪਤਾ ਹੈਗਾ ਵੀ ਫੈਕਟਰੀ ਚੱਲਦੀ ਹੈ ਕਿਵੇਂ ਚੱਲਦੀ। ਜਿਵੇਂ ਗਵਾਂਢੀਆਂ ਦੇ ਕੰਧ ਨਾਲ ਕੰਧ ਸਾਂਝੀ ਆ, ਜੇ ਬਾਈ ਦਾ ਵੇਲ ਗਵਾਂਢੀਆਂ ਦਾ ਨੁਕਸਾਨ ਹੋ ਜਾਂਦਾ ਅਸੀਂ ਤਾਂ ਅੱਗੇ ਨਹੀਂ, ਰੱਬ ਵੱਲੋਂ ਘਰ ਹੈ ਨਹੀਂ ਸੀ, ਭਾਵੇਂ ਹੋ ਜਾਂਦਾ ਰੱਬ ਵੱਲੋਂ। ਬਾਬੇ ਟਾਹਲੇ ਸਾਹਿਬ ਗਈਆਂ, ਮਾਵਾਂ ਧੀਆਂ ਟਾਹਲੇ ਸਾਹਿਬ ਗਈਆਂ ਅਸੀਂ, ਅਤੇ ਮਾਤਾ ਉਹਨਾਂ ਦੀ ਤਰਨ ਵਾਲੇ ਬਾਬਿਆਂ ਨਾਲ ਗੱਡੀ 'ਤੇ ਗਈ ਸੀ, ਉਹ ਤਾਂ ਸਾਡੇ ਆਏ ਤੋਂ ਅਸੀਂ ਗਏ ਹਾਂ, 6-7 ਵਜੇ ਗਏ ਹਾਂ ਉਦੋਂ ਆਈ ਗੱਡੀ ਤੋਂ ਸੇਵਾ ਬਾਈ ਤੋਂ ਜੀ। ਉਹ ਤਾਂ ਹੁਣ ਪੁਲਿਸ ਵਾਲੇ ਜਾਣਨਗੇ ਵੀ ਵੇਖਣਗੇ ਵੀ ਕੀ ਇਹ ਕਿਉਂ ਗਲਤ ਕੰਮ ਇੱਥੇ ਹੋਇਆ ਵਾ, ਅਤੇ ਬਾਕੀ ਇਹ ਘਰ ਵਾਲਿਆਂ ਦਾ ਤਾਂ ਬਿਲਕੁਲ ਰੋਲ ਨਹੀਂ ਨਾ ਹੈਗਾ। ਇਹ ਤਾਂ ਬੀਬੀ ਵਿਚਾਰੀ ਆਪ ਆਵੇ ਬਜ਼ੁਰਗਾਂ ਨੂੰ ਸਾਂਭਣ ਲਈ ਇੱਕ ਅੰਦਰ। It's 21:33 ਬੰਦੇ ਇੱਥੇ ਰਹਿੰਦੇ ਆ, ਤੁਹਾਡੇ ਪਿੰਡ ਦੇ ਲੋਕ ਵੀ ਇੱਥੇ ਕੰਮ ਕਰਦੇ ਸੀ? ਕਿਉਂ ਕੰਮ? ਕੋਈ ਆਪੋ ਆਪਣਾ ਪੱਠਾ ਦਤਾ ਲੈ ਕੇ ਕਿਸੇ ਦੇ ਘਰ ਵੱਲ ਅੱਜ ਕੱਲ੍ਹ ਨਹੀਂ ਜਾਂਦਾ। ਪਿੰਡਾਂ 'ਚ ਵੀ ਅੱਗੇ ਜਨਾਨੀਆਂ 4 ਬਹਿ ਜਾਂਦੀਆਂ।